ਪਿਛਲੇ ਹਫ਼ਤੇ ਇੱਕ ਮਹੱਤਵਪੂਰਨ ਤਬਦੀਲੀ ਕੀਤੀ ਇਮੀਗ੍ਰੇਸ਼ਨ ਕੈਨੇਡਾ ਨੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਜਿੱਥੇ ਮਲਟੀਪਲ ਐਂਟਰੀ ਵੀਜ਼ਾ ਜਿਹੜੇ 10 ਸਾਲ ਦੇ ਵੀਜ਼ੇ ਮਿਲਦੇ ਸੀਗੇ ਉਹ ਤੇ ਰੋਕ ਲਗਾ ਦਿੱਤੀ ਇਮੀਗ੍ਰੇਸ਼ਨ ਕੈਨੇਡਾ ਨੇ ਹੁਣ ਇਹਨੇ ਸੈਂਸ ਰੋਕ ਨਹੀਂ ਲਗਾਈ ਬਟ ਇਹ ਆ ਕਿ ਜਿਹੜਾ ਐਕਸਟੈਂਡਡ ਪ੍ਰੋਸੈਸ ਸੀਗਾ ਜਿਹਦੇ ਚ ਬਹੁਤ ਸਾਰੇ ਲੋਕਾਂ ਨੂੰ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਮਿਲ ਜਾਂਦਾ ਸੀ ਉਹ ਹੁਣ ਨਹੀਂ ਮਿਲੂਗਾ ਹੁਣ ਸਿੰਗਲ ਐਂਟਰੀ ਵੀਜ਼ਾ ਜ਼ਿਆਦਾ ਗ੍ਰਾਂਟ ਕੀਤੇ ਜਾਣਗੇ ਔਰ ਜਿਹੜੀ ਡਿਊਰੇਸ਼ਨ ਆ ਵੀਜ਼ਾ ਦੀ ਉਹ ਵੀ ਹੁਣ ਛੋਟੀ ਕਰ ਦਿੱਤੀ ਜਾਊਗੀ ਇਹ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਬਹੁ ਲੋਕਾਂ ਦੇ ਮਨ ਦੇ ਵਿੱਚ ਹੈਗੇ ਨੇ ਕਿ ਕੀ ਜਿਹੜੇ ਜਿਨਾਂ ਕੋਲ ਆਲਰੇਡੀ ਐਗਜ਼ਿਸਟਿੰਗ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾਸ ਨੇ ਕੀ ਉਹ ਵੀ ਕੈਨਸਲ ਹੋ ਜਾਣਗੇ ਜਾਂ ਹੋਰ ਵੀ ਬਹੁਤ ਤਰ੍ਹਾਂ ਦੇ ਕੁਐਸਚਨਸ ਹੈਗੇ ਨੇ ਅੱਜ ਮੈਂ ਛੋਟੀ ਜੀ ਗੱਲਬਾਤ ਇਸ ਵੀਡੀਓ ਦੇ ਥਰੂ ਇਸ ਟੌਪਿਕ ਤੇ ਕਰਨ ਦੀ ਕੋਸ਼ਿਸ਼ ਕਰੂੰਗਾ ਸਵਾਗਤ ਤੁਹਾਡਾ ਸਾਰਿਆਂ ਦਾ ਸਾਡੇ ਐਮਕੇ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਉੱਪਰ ਮੇਰਾ ਪ੍ਰਤੀਪਾਲ ਸਿੰਘ ਗਿੱਲ ਮੈਂ ਇੱਕ ਲਾਇਸੈਂਸਡ ਰੈਗੂਲੇਟਿਡ ਕ੍ਰੀਡਿਟ ਇਮੀਗ੍ਰੇਸ਼ਨ ਕੰਸਲਟੈਂਟ ਹਾਂ ਇੱਕ ਛੋਟੀ ਜੀ ਗੁਜ਼ਾਰਿਸ਼ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਸਾਡੇ YouTube ਦੇ ਚੈਨਲ ਤੇ ਤੁਸੀਂ ਪਹਿਲੀ ਵਾਰ ਆ ਰਹੇ ਹੋ ਜਾਂ ਹੁਣ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਮੇਰੀ ਰਿਕਵੈਸਟ ਹੈ ਜਰੂਰ ਸਬਸਕ੍ਰਾਈਬ ਕਰੋ ਅਸੀਂ ਬਹੁਤ ਥੰਨੇ ਇਨਫੋਰਮੇਟਿਵ ਵੀਡੀਓਜ਼ ਖਾਸ ਕਰਕੇ ਕੈਨੇਡਾ ਇਮੀਗ੍ਰੇਸ਼ਨ ਲੈ ਕੇ ਇਸੇ ਪਲੇਟਫਾਰਮ ਦੇ ਥਰੂ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹਾਂ ਸੋ ਆਪਾਂ ਜਾਣਦੇ ਹਾਂ ਇੱਕ ਬੜੀ ਮਹੱਤਵਪੂਰਨ ਤਬਦੀਲੀ ਰੀਸੈਂਟਲੀ ਅਨਾਉਂਸ ਕੀਤੀ ਹੈ ਇਮੀਗ੍ਰੇਸ਼ਨ ਕੈਨੇਡਾ ਨੇ ਮਲਟੀਪਲ ਐਂਟਰੀ ਬਹੁਤ ਲਿਮਿਟਡ ਕਰ ਦਿੱਤਾ ਜਾਊਗਾ ਹਰ ਐਪਲੀਕੈਂਟ ਨੂੰ ਵੀਜ਼ਾ ਨਹੀਂ ਮਿਲੂਗਾ ਬਹੁਤ ਘੱਟ ਲੋਕਾਂ ਨੂੰ ਮਿਲੂਗਾ ਸੋ ਇਹਦੇ ਬਾਬਤ ਬਹੁਤ ਲੋਕਾਂ ਦੇ ਮਨ 'ਚ ਬਹੁਤ ਤਰ੍ਹਾਂ ਦੇ ਖਿਆਲ ਹੈਗੇ ਨੇ ਬੜੇ ਲੋਕ ਇਹ ਪੁੱਛਦੇ ਨੇ ਕਿ ਕਿ ਜਿਨ੍ਹਾਂ ਦੇ ਹੁਣ ਸਟੂਡੈਂਟਸ ਜਿਹੜੇ ਬਾਹਰ ਹੈਗੇ ਨੇ ਕਿ ਕੀ ਸਾਡੇ ਪੇਰੈਂਟਸ ਨੂੰ ਮਲਟੀਪਲ ਐਂਟਰੀ ਵੀਜ਼ਾ ਮਿਲੂਗਾ ਜਿਨ੍ਹਾਂ ਨੇ ਹੁਣ ਤੱਕ ਅਪਲਾਈ ਨਹੀਂ ਕੀਤਾ ਹਾਂ ਜ਼ਰੂਰ ਮਿਲੂਗਾ ਇਹ ਟੋਟਲੀ ਬੰਦ ਨਹੀਂ ਕੀਤਾ ਹੈਗਾ ਮਲਟੀਪਲ ਐਂਟਰੀ ਵੀਜ਼ਾ ਬਟ ਤੁਹਾਨੂੰ ਜਸਟੀਫਾਈ ਕਰਨਾ ਪਊਗਾ ਕਿ ਤੁਹਾਨੂੰ ਮਲਟੀਪਲ ਐਂਟਰੀ ਵੀਜ਼ਾ ਕਿਉਂ ਚਾਹੀਦਾ ਵਾ ਔਰ ਇੱਥੇ ਹੁਣ ਇਹ ਵੀ ਦੇਖਣਗੇ ਉਹ ਕਿ ਕੀ ਤੁਹਾਡੇ ਕੋਲ ਇਨਾਫ ਤੁਹਾਡਾ ਕੋਈ ਇਹਨੇ ਪੈਸੇ ਹੈਗੇ ਨੇ ਤੁਹਾਡੀ ਇਹਨੀ ਆਮਦਨ ਹੈਗੀ ਆ ਕਿ ਤੁਸੀਂ ਬਾਰ-ਬਾਰ ਕੈਨੇਡਾ ਜਾ ਸਕੋ ਔਰ ਤੁਹਾਡਾ ਪਰਪਸ ਕੀ ਆ ਕਿਉਂ ਤੁਸੀਂ ਬਾਰ-ਬਾਰ ਕੈਨੇਡਾ ਜਾਓ ਉਹਦੇ ਬੇਸਿਸ ਤੇ ਹੀ ਹੁਣ ਮਲਟੀਪਲ ਐਂਟਰੀ ਵੀਜ਼ਾ ਦਿੱਤਾ ਜਾਊਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਮਲਟੀਪਲ ਐਂਟਰੀ ਵੀਜ਼ਾ ਕੋਕਲੀ ਬੰਦ ਕਰ ਦਿੱਤਾ ਨਹੀਂ ਮਲਟੀਪਲ ਐਂਟਰੀ ਵੀਜ਼ਾ ਮਿਲੂਗਾ 10 ਸਾਲ ਦਾ ਬਹੁਤ ਘੱਟ ਕੇਸਿਸ ਦੇ ਵਿੱਚ ਪਰ ਇਹ ਹੋ ਸਕਦਾ ਕਿ 2 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਦੇ ਦਿੱਤਾ ਜਾਵੇ 3 ਸਾਲ ਦਾ ਦੇ ਦਿੱਤਾ ਜਾਵੇ ਜਾਂ 1 ਸਾਲ ਦਾ ਦੇ ਦਿੱਤਾ ਜਾਵੇ ਦੂਜੇ ਪਾਸੇ ਕਿਉਂਕਿ ਮੈਕਸਿਮਮ ਲੋਕ ਜਿਹੜੇ ਨੇ ਉਹ ਕਿਸੇ ਪਾਰਟਿਕੂਲਰ ਓਕੇਜਨ ਤੇ ਕੈਨੇਡਾ ਜਾਂਦੇ ਨੇ ਪਾਰਟਿਕੂਲਰ ਮੌਕੇ ਤੇ ਕੈਨੇਡਾ ਜਾਂਦੇ ਨੇ ਜਿੱਦਾਂ ਕਿਸੇ ਨੇ ਕਿਸੇ ਵਿਆਹ ਸ਼ਾਦੀ ਤੇ ਜਾਣਾ ਵਾ ਕਿਸੇ ਨੇ ਕੋਈ ਮੈਡੀਕਲ ਇਸ਼ੂ ਹੈਗਾ ਉਹਦੇ ਕਰਕੇ ਜਾਣਾ ਵਾ ਜਾਂ ਕਿਸੇ ਪਾਰਟਿਕੂਲਰ ਓਕੇਜਨ ਤੇ ਮਿਲਣ ਜਾਣਾ ਵਾ ਸੋ ਉੱਥੇ ਹੁਣ ਵੀਜ਼ਾ ਆਫੀਸਰ ਇਹ ਜ਼ਰੂਰ ਦੇਖੂਗਾ ਕਿ ਪਰਪਸ ਕੀ ਆ ਔਰ ਉਹੀ ਕੋਸ਼ਿਸ਼ ਹੋਊਗੀ ਕਿ ਜਿਹੜਾ ਵੀਜ਼ਾ ਵਾ ਤੁਹਾਨੂੰ ਉਸੇ ਡਿਊਰੇਸ਼ਨ ਦਾ ਹੀ ਗ੍ਰਾਂਟ ਕੀਤਾ ਜਾਵੇ ਤਿੰਨ ਮਹੀਨੇ ਦਾ 6 ਮਹੀਨੇ ਦਾ ਜਾਂ ਤੋਂ ਜ਼ਿਆਦਾ 1 ਸਾਲ ਦਾ ਸੋ ਇਹ ਇੱਕ ਮਹੱਤਵਪੂਰਨ ਚੇਂਜ ਆ ਜਿਹੜੀ ਉਹ ਲੈ ਕੇ ਆਏ ਨੇ ਔਰ ਦੂਜੇ ਪਾਸੇ ਗੱਲਾਂ ਪੁੱਛੀਆਂ ਜਾਂਦੀਆਂ ਨੇ ਕਿ ਜਿੰਦਾ ਜਿਨਾਂ ਕੋਲ ਆਲਰੇਡੀ ਵੀਜ਼ਾ ਹੈ ਕਿ ਨਹੀਂ ਮਲਟੀਪਲ ਵੀਜ਼ਾ 10 ਸਾਲ ਦੇ ਉਹ ਇੱਕ ਦੋ ਵਾਰ ਜਾ ਆਏ ਨੇ ਕਿ ਕੀ ਉਹਨਾਂ ਦੇ ਵੀਜ਼ਾ ਕੈਨਸਲ ਹੋ ਜਾਣਗੇ ਨਹੀਂ ਕਿਸੇ ਦਾ ਕੋਈ ਵੀਜ਼ਾ ਕੈਨਸਲ ਨਹੀਂ ਹੋਣਾ ਤੁਸੀਂ ਕੈਨੇਡਾ ਫਿਰ ਜਾ ਸਕਦੇ ਹੋ ਬਟ ਹਾਂ ਹੁਣ ਜਦ ਤੁਸੀਂ ਕੈਨੇਡਾ ਜਾਓਗੇ 에어ਪੋਰਟ ਦੇ ਉੱਪਰ ਤੁਹਾਨੂੰ ਸਵਾਲ ਜ਼ਰੂਰ ਪੁੱਛੇ ਜਾ ਸਕਦੇ ਨੇ ਕਿ ਤੁਸੀਂ ਕੀ ਕਰਨ ਆਏ ਹੋ ਕਿਉਂ ਆਏ ਹੋ ਔਰ ਕਿੰਨਾ ਲੰਬੀ ਡਿਊਰੇਸ਼ਨ ਤੇ ਤੁਸੀਂ ਰਹਿਣਾ ਚਾਹੁੰਦੇ ਹੋ ਅਗਰ ਤੁਸੀਂ ਪਹਿਲਾਂ ਬਹੁਤ ਲੰਬੇ ਡਿਊਰੇਸ਼ਨ ਤੇ ਰਹਿ ਕੇ ਆਏ ਹੋ ਕੈਨੇਡਾ ਤੁਹਾਨੂੰ ਤੁਹਾਡੇ ਲਈ ਜਿਹੜੀਆਂ ਨੇ ਕੁਐਸਚਨਸ ਹੋਰ ਵੀ ਔਖੇ ਹੋ ਸਕਦੇ ਨੇ ਕਹਿਣ ਦਾ ਭਾਵ ਆ ਕਿ ਜਿਹੜੇ ਲੋਕ ਆਪਣੇ ਬਾਰ-ਬਾਰ ਕੈਨੇਡਾ ਜਾਂਦੇ ਸੀਗੇ ਔਰ 6-6 ਮਹੀਨੇ ਲਾ ਕੇ ਉੱਥੇ ਕੰਮ ਕਾਜ ਵੀ ਕਰ ਲੈਂਦੇ ਸੀਗੇ ਇਲੈਗਲ ਤਰੀਕੇ ਨਾਲ ਉਹਨਾਂ ਲਈ ਹੁਣ ਜਿਹੜੇ ਚੈਲੰਜਸ ਨੇ ਉਹ ਬਹੁਤ ਵੱਧ ਗਏ ਨੇ ਸੋ ਇਹ ਤੁਹਾਨੂੰ ਗੱਲ ਦਾ ਖਾਸ ਕਰ ਰੱਖਣਾ ਪਊਗਾ ਵੀਜ਼ਾ ਕਿਸੇ ਦਾ ਕੈਨਸਲ ਨਹੀਂ ਹੋਣਾ ਤੁਸੀਂ ਜ਼ਰੂਰ ਕੈਨੇਡਾ ਵਿਜ਼ਿਟ ਕਰ ਸਕਦੇ ਹੋ ਬਟ ਤੁਹਾਡੀ 에어ਪੋਰਟ ਦੇ ਉੱਪਰ ਤੁਹਾਡੀ ਜਿਹੜੀ ਇੰਟਰਵਿਊ ਆ ਉਹ ਲਈ ਜਾ ਸਕਦੀ ਆ ਔਰ ਤੁਹਾਨੂੰ ਜਿਹੜੇ ਸਵਾਲ ਜਵਾਬ ਨੇ ਉਹ ਜ਼ਰੂਰ ਪਿੱਛੇ ਪੁੱਛੇ ਜਾ ਸਕਦੇ ਨੇ ਇਥੇ ਸਟੂਡੈਂਟਸ ਨੂੰ ਮੈਂ ਖਾਸ ਕਰਕੇ ਕਹਾਂ ਅਗਰ ਤੁਹਾਡਾ ਕੋਲ ਪੀਆਰ ਮਿਲ ਗਈ ਹੈ ਤੁਹਾਨੂੰ ਜਾਂ ਤੁਸੀਂ ਟੈਂਪਰੇਰੀ ਫੋਰਨ ਵਰਕਰ ਸੀ ਤੁਸੀਂ ਹੁਣ ਪੀਆਰ ਹਾਸਲ ਕਰ ਲਈ ਹੈ ਹੁਣ ਤੁਹਾਡੇ ਲਈ ਬੈਟਰ ਆ ਕਿ ਅਗਰ ਤੁਸੀਂ ਸੁਪਰ ਵੀਜ਼ਾ ਅਪਲਾਈ ਕਰਦੇ ਹੋ ਜਿੱਥੇ ਤੁਹਾਡੇ ਪੇਰੈਂਟਸ 5 ਸਾਲ ਤੱਕ ਰਹਿ ਸਕਦੇ ਨੇ ਕੈਨੇਡਾ ਦੇ ਵਿੱਚ ਉਥੇ ਜ਼ਰੂਰ ਆ ਕਿ ਤੁਹਾਨੂੰ ਇੰਸ਼ੋਰੈਂਸ ਇੱਕ ਲੈਣੀ ਪੈਂਦੀ ਹੈ ਪੇਰੈਂਟਸ ਦੀ ਹੈਲਥ ਇੰਸ਼ੋਰੈਂਸ ਬਟ ਇਹ ਆ ਕਿ ਉਥੇ ਵੀਜ਼ਾ ਮਿਲਣ ਦੇ ਚਾਂਸਸ ਹੁਣ ਜ਼ਿਆਦਾ ਹੋਣਗੇ ਔਰ ਉਹ ਲੰਬੀ ਡਿਊਰੇਸ਼ਨ ਦਾ ਜਿਹੜਾ ਵੀਜ਼ਾ ਵਾ ਤੁਹਾਨੂੰ ਉਥੇ ਮਿਲ ਸਕਦਾ ਵਾ ਅਗਰ ਤੁਹਾਡੀ ਇਖਵਾਸ਼ ਆ ਕਿ ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂ ਲੰਬੇ ਟਾਈਮ ਲਈ ਕੈਨੇਡਾ ਦੇ ਵਿੱਚ ਔਨ ਔਰ ਮਲਟੀਪਲ ਵੀਜ਼ਾ ਉਹਨਾਂ ਨੂੰ ਮਿਲੇ ਤੇ ਅਦਰਵਾਈਜ਼ ਵੀਜ਼ਾ ਦੇ ਵਿੱਚ ਕੋਈ ਰੋਕ ਨਹੀਂ ਆਈ ਹਰ ਕੈਟਾਗਰੀ ਦੇ ਲੋਕਾਂ ਨੂੰ ਵਿਜ਼ਟਰ ਵੀਜ਼ਾ ਮਿਲੂਗਾ ਵਿਜ਼ਟਰ ਵੀਜ਼ਾ ਦੇ ਵਿੱਚ ਉਹਨਾਂ ਰੋਕ ਨਹੀਂ ਗਈ ਬਟ ਹਾਂ ਜਿਹੜੇ ਬਹੁਤ ਸਾਰੇ ਯੰਗਸਟਰ ਜਾਂਦੇ ਸੀਗੇ ਬਹੁਤ ਸਾਰੇ ਲੋਕ ਤੁਹਾਨੂੰ ਐਕਸਪਲੋਰਟ ਕਰਦੇ ਸੀਗੇ ਕਿ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਲੈ ਲਓ ਇੱਕ ਤਰ੍ਹਾਂ ਦੀ ਕੈਨੇਡਾ ਚ ਐਂਟਰੀ ਹੋ ਗਈ ਔਰ ਉੱਥੇ ਜਾ ਕੇ ਫਿਰ ਤੁਸੀਂ ਜੋ ਮਰਜ਼ੀ ਕਰਿਓ ਉੱਥੇ ਜ਼ਰੂਰ ਉਹਨਾਂ ਨੇ ਬ੍ਰੇਕਾਂ ਲਗਾ ਦਿੱਤੀਆਂ ਸੋ 22 25-25 ਲੱਖ ਰੁਪਏ ਦੇ ਕੇ ਹੁਣ ਕਿਤੇ ਵਿਜ਼ਟਰ ਵੀਜ਼ਾ ਨਾ ਅਪਲਾਈ ਕਰਿਓ ਇਹ ਤੁਹਾਨੂੰ ਬਹੁਤ ਮਹਿੰਗਾ ਪਊਗਾ ਸੌਦਾ ਔਰ ਕਾਫੋੜੇ ਕਾਰਜਾਂ ਦੀ ਸਕੂਪ ਨੇ ਵੀ ਜਾਰੀ ਹੋਣੀ ਆ ਇੱਥੇ ਹੁਣ ਤੁਹਾਨੂੰ 5 ਸਾਲ ਦੇ ਬੈਨ ਵੀ ਬਹੁਤ ਨਜ਼ਰ ਆਉਣਗੇ ਮਿਸ ਰੈਪਰੈਜ਼ੈਂਟੇਸ਼ਨ ਦੇ ਕੇਸ ਵੀ ਅੱਗੇ ਨਾਲੋਂ ਵਾਧੇ ਹੋਏ ਤੁਹਾਨੂੰ ਨਜ਼ਰ ਆਉਣਗੇ ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਆ ਬਾਕੀ ਇਹ ਤਬਦੀਲੀਆਂ ਵੀ ਆਪਾਂ ਹੀ ਲਿਆਂਦੀਆਂ ਨੇ ਆਪਣੇ ਕਾਰਨ ਹੀ ਅਈਆਂ ਨੇ ਆਪਾਂ ਬਹੁਤ ਐਕਸਪਲੋਇਟ ਕੀਤਾ ਵਿਜ਼ਟਰ ਵੀਜ਼ਾ ਨੂੰ ਅੱਜ ਦੀ ਡੇਟ ਦੇ ਵਿੱਚ ਰਿਫਿਊਜੀ ਕਲੇਮ ਇਹਨੇ ਜਾਦਾ ਵਧ ਗਏ 에어ਪੋਰਟ ਦੇ ਉੱਪਰ ਐਸਐਲਐਮ ਕਲੇਮ ਇਹਨੇ ਵਧ ਗਏ ਕਿ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਲੋਕੀ ਇਥੋਂ ਵਿਸਟਰ ਵੀਜ਼ਾ ਲੈ ਕੇ ਜਾਂਦੇ ਸੀ ਜਾਂਦੇ ਹੀ ਰਿਫਿਊਜੀ ਕਲੇਮ ਪਾ ਦਿੰਦੇ ਸੀਗੇ ਜੀ ਦੇ ਕਰਕੇ ਇਹ ਜਿਹੜੇ ਆਪਾਂ ਕਹਿੰਦੇ ਕਿ ਸਖਤ ਕਾਨੂੰਨ ਜਿਹੜੇ ਨੇ ਲਿਆਦੇ ਗਏ ਨੇ ਇਦਾਂ ਹੀ ਕੈਨੇਡਾ ਤੋਂ ਅਮਰੀਕਾ ਜਿਹੜੇ ਲੋਕ ਬਾਰਡਰ ਟੱਪਦੇ ਸੀਗੇ ਇਲੀਗਲ ਤਰੀਕੇ ਨਾਲ ਉਹ ਵੀ ਇੱਕ ਬਹੁਤ ਬੜੀ ਸਿਰਦਰਦਰੀ ਸਿਰਦਰਦੀ ਹੈ ਜਿਹੜੀ ਅੱਜ ਦੀ ਦੇਰ ਦੇ ਵਿੱਚ ਕੈਨੇਡਾ ਸਰਕਾਰ ਦੇ ਸਾਹਮਣੇ ਆਈ ਹੋਈ ਸੀਗੀ ਸੋ ਇਹ ਕਾਰਨ ਇਹ ਜਨਾ ਕਰਕੇ ਇਹ ਸ਼ਕਤੀ ਲੈ ਕੇ ਆਂਦੀ ਗਈ ਆ ਬਾਕੀ ਕੈਨੇਡਾ ਦੀ ਗਵਰਨਮੈਂਟ ਇਹ ਕਹਿ ਰਹੀ ਆ ਕਿ ਹਾਊਸਿੰਗ ਦੀ ਪ੍ਰੋਬਲਮ ਸੀਗੀ ਜੌਬਸ ਆ ਕਰਾਂਚ ਹੈਗਾ ਵਾ ਸੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਠੀਕ ਕਰਨ ਲਈ ਉਹਨਾਂ ਨੇ ਇਹ ਨੋਰਮ ਦੇ ਅੱਗੇ ਨਾਲੋਂ ਸਖਤ ਕੀਤੇ ਨੇ ਬਟ ਜਿਹੜੇ ਜੈਨੂਇਨ ਐਪਲੀਕੈਂਟ ਨੇ ਜਿਨ੍ਹਾਂ ਦੇ ਬੱਚੇ ਬਾਹਰ ਪੜ ਰਹੇ ਨੇ ਕੋਈ ਵਰਕ ਪਰਮਿਟ ਦੇ ਬਾਹਰ ਹੈਗਾ ਵਾ ਤੁਸੀਂ ਆਪਣੀ ਫੈਮਿਲੀ ਬਣਾਉਣਾ ਬਣਾਉਣਾ ਚਾਹੁੰਦੇ ਹੋ ਤੁਹਾਡੇ ਲਈ ਕੋਈ ਦਿੱਕਤ ਨਹੀਂ ਹੈਗੀ ਬਟ ਇਹ ਜ਼ਰੂਰ ਕੋਸ਼ਿਸ਼ ਕਰਿਓ ਕੋਕੇ ਲਾਇਸنس ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨਲ ਕੰਸਲਟੈਂਟ ਤੋਂ ਸਲਾਹ ਲਓ ਕਿਉਂਕਿ ਹੁਣ ਥੋੜੀ ਫਾਈਲ ਦੇ ਉੱਪਰ ਸਕਰੂਪ ਨਹੀਂ ਜਿਆਦੀ ਹੋਣੀ ਆ ਡਾਕੂਮੈਂਟੇਸ਼ਨ ਜਿਆਦੀ ਚੈੱਕ ਹੋਣੀ ਆ ਤੁਹਾਨੂੰ ਚੰਗੇ ਡਾਕੂਮੈਂਟਸ ਪ੍ਰੇਜ਼ੈਂਟ ਕਰਨੇ ਪੈਣਗੇ ਜਸਟੀਫਾਈ ਕਰਨਾ ਪਊਗਾ ਵੀਜ਼ਾ ਆਫੀਸਰ ਨੂੰ ਕਿ ਤੁਸੀਂ ਕੈਨੇਡਾ ਕਿਉਂ ਜਾਣਾ ਚਾਹੁੰਦੇ ਹੋ ਤੁਹਾਡੀ ਕੋਈ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਆ ਕੋਈ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਆ ਵਰਕ ਪਰਮਿਟ ਦੀ ਐਪਲੀਕੇਸ਼ਨ ਆ ਪੀਆਰ ਲਈ ਕੈਨੇਡਾ ਜਾਣਾ ਚਾਹੁੰਦੇ ਹੋ ਜ਼ਰੂਰ ਸਾਨੂੰ ਕੰਸਲਟ ਕਰ ਸਕਦੇ ਹੋ ਨੰਬਰ ਸਾਡੇ ਸਾਹਮਣੇ ਡਿਸਪਲੇ ਹੋ ਰਿਹਾ ਹੈ